कला की कोई विशेष जुबान नहीं हुंदी ते कला किसी विशेष खिते नाल भी बनी नहीं हुंदी। पंजाबी फिल्म चल मेरा पुत ने विश्व भर दे विच इह गल दर्शा दित्ती है कि चढ़दे ते लहिंदे पंजाब दे कलाकारां ने किवें कला नाल इंसाफ कीता। दोवें पंजाबियां दे कलाकार कला विच गुड़ोच नज़र आए। उन्हां विचों एक कलाकार विश्व भर दे विच वक्खरी पछाण बना गया, अपने नाम तो भी वक्खरा नाम खट गया। उस कलाकार दा नाम है अकरम उदास। फिल्म दे विच उन्हां दा किरदार बूटा नां नाल जाना जांदा ते उन्हां दा संवाद विश्व प्रसिद्ध होया फिर कहिंदे आ बूटा गाला कढ़दा है। स्कॉटलैंड दे शहर ग्लासगो विखे फैमिली शो बूटा इन यूके दा आयोजन किया गया, जिस दौरान अकरम उदास ते साथियों ने अपनी कला दा लोहा मनवाया। इस समय पंज दरिया दी टीम वालों करमजीत मीनिया ने अकरम उदास नाल संखेप मिलनी की। आओ तुहानू उस मिलनी दे कुछ अंश दिखाइए। हाँ जी दोस्तों, सत श्री अकाल, मैं करमजीत मीनिया ते अज असी साढ़े ग्लासगो दे विच फैमिली ड्रामा हो रहा हैगा, जिहदे विच साढ़े अकरम भाजी जिहड़े बूटा गाला करदा बूटा दे नाम दे नाल बहुत ज़्यादा मशहूर ने, वह साढ़े प्यारे जे शहर स्कॉटलैंड दे विच आए हुए हैं ने कमेडी शो करन वास्ते, ते उन्हां दे नाल सिर्फ आपां दो मिनट वास्ते गलबात करांगे। वैसे मनदीप भाजी उन्हां ने आना सीगा, वो नहीं आए, ते पंज दरिया दी टीम वालों मैं उन्हां दा स्वागत करना इस छोटी जी गलबात दे विच। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਹੈ, ਸਭ ਵਧੀਆ? ਬਹੁਤ ਵਧੀਆ ਜੀ, ਪਰਿਵਾਰ ਦਾ ਸੁਣਾਓ ਸਭ ਠੀਕ ਆ? ਸਾਰਾ ਵਧੀਆ ਚੜ੍ਹਦੇ ਕਲਾ। ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਨੂੰ ਸਾਡੇ ਗਲਾਸਗੋ ਦੇ ਵਿੱਚ ਆ ਕੇ? ਹਾਂ ਬਹੁਤ ਵਧੀਆ ਜੀ, ਗਲਾਸਗੋ ਤੁਹਾਡਾ ਬਹੁਤ ਅੱਛਾ। ਪਹਿਲੀ ਵਾਰ ਆਇਆ? ਨਹੀਂ ਜੀ, ਮੈਂ ਕਈ ਵਾਰ ਆਇਆ। ਕਈ ਵਾਰ ਆ ਚੁੱਕੇ? ਹਾਂਜੀ। ਠੀਕ ਹੈ, ਕਿਆ ਬਾਤ ਹੈ। ਅਤੇ ਭਾਜੀ ਕਾਫੀ ਦਫ਼ਾ ਮੈਂ 5-7 ਦਫ਼ਾ ਆ ਚੁੱਕਾ। ਜਿੰਨੇ ਵਾਰੀ ਆਈ ਹੋ ਉਨੇ ਵਾਰੀ ਬੂਟੇ ਦੇ ਨਾਲ? ਨਹੀਂ ਜੀ, ਬੂਟੇ ਦੇ ਨਾਲ ਦੇ ਨਾਲ ਨਹੀਂ ਆਏ ਜੀ, ਬੂਟੇ ਦੇ ਨਾਮ ਦੇ ਨਾਲ ਤਾਂ ਪਹਿਲੀ ਦਫ਼ਾ ਹੀ ਆਇਆ। ਪਹਿਲੇ ਅਸੀਂ ਡਰਾਮਿਆਂ ਦੇ ਤੌਰ 'ਤੇ ਡਰਾਮੇ ਕਰਦੇ। ਠੀਕ ਹੈ ਜੀ। ਭਾਜੀ ਜਿਹੜੀਆਂ ਪੰਜਾਬੀ ਫਿਲਮਾਂ ਆਪਣੀਆਂ ਆ ਰਹੀਆਂ ਜੀ, ਅਤੇ ਉਹਦੇ ਵਿੱਚ ਦੋਨੇ ਮੁਲਕਾਂ ਦੇ ਸਾਡੇ ਸੁਪਰ ਸਟਾਰ ਕੰਮ ਕਰ ਰਹੇ ਆ, ਅਤੇ ਕਿੱਦਾਂ ਮਹਿਸੂਸ ਹੋ ਰਿਹਾ ਹੈਗਾ ਵੀ ਦੋਨੇ ਪੰਜਾਬ ਜਦੋਂ ਫਿਲਮ ਬਣਾਉਂਦੇ ਆ ਅਤੇ ਉਹਦਾ ਮੈਸੇਜ ਜਿਹੜਾ ਹੈਗਾ? ਇਹ ਭਾਜੀ ਜਦੋਂ ਇਹ ਗੱਲ ਸੋਚੀ ਸੀ, ਇਹਨੇ ਬੜਾ ਕੁਛ ਨੇੜੇ ਕਰ ਛੱਡਿਆ ਸਾਡੇ ਦਿਲਾਂ ਦੇ ਵਿੱਚ, ਜਿਹੜੀ ਨਫ਼ਰਤ ਸੀ ਬੱਚਿਆਂ ਦੇ, ਜਿਹਨਾਂ ਨੂੰ ਨਹੀਂ ਸਮਝ ਸੀ, ਉਹਨਾਂ ਨੂੰ ਇਹ ਸੀ ਕਿ ਯਾਰ ਇੰਡੀਆ ਸਾਡਾ ਦੁਸ਼ਮਣ ਹੈ, ਪਾਕਿਸਤਾਨ ਉਹਨਾਂ ਦਾ ਦੁਸ਼ਮਣ ਹੈ, ਉੱਧਰ ਵਾਲਿਆਂ ਨੂੰ ਇਹ ਸੀ, ਇੱਧਰ ਵਾਲਿਆਂ ਨੂੰ ਇਹ ਸੀ, ਉਹਨਾਂ ਦੇ ਜ਼ਿਹਨ ਦੇ ਵਿੱਚ ਸੀ। ਇਸ ਫਿਲਮ ਨੇ ਬਿਲਕੁਲ ਨੇੜੇ ਕਰ ਦਿੱਤਾ, ਇੱਕ ਦੂਜੇ ਦੇ ਕਲੋਜ਼ ਕਰ ਦਿੱਤਾ, ਪਤਾ ਲੱਗਾ ਕਿ ਯਾਰ ਅਸੀਂ ਆਪਸ ਵਿੱਚ ਇੱਕ, ਅਸੀਂ ਦੋ ਨਹੀਂ ਹੈਗਾ, ਤਾਂ ਉਹਨੇ ਬਿਲਕੁਲ ਨੇੜੇ ਕਰ ਦਿੱਤਾ। ਉਹਦੇ ਨਾਲ ਉਹਨੂੰ ਜੀ ਬੜਾ ਪਿਆਰ ਵਧਿਆ, ਬੜਾ ਸਾਨੂੰ ਬੜਾ ਪਿਆਰ ਆਇਆ ਉਸ ਪੰਜਾਬ ਤੋਂ, ਤੁਹਾਡੇ ਵਾਲੇ ਪੰਜਾਬ ਤੋਂ ਸਾਨੂੰ ਬੜਾ ਪਿਆਰ ਹੈ, ਤਾਂ ਪੰਜਾਬ ਇੱਕੋ ਹੀ ਹੈ, ਲੇਕਿਨ ਉਹਦੇ ਵਿੱਚ ਆ ਕੇ ਥੋੜ੍ਹਾ ਜਿਹਾ ਫਰਕ ਪੈ ਗਿਆ ਸੀ ਕਿ ਯਾਰ ਪਿਆਰ ਬਹੁਤ ਗੂੜਾ ਜਿਹਾ ਹੋ ਗਿਆ, ਆਪਣਾਪਨ ਨਜ਼ਰ ਆਉਣਾ ਸ਼ੁਰੂ। ਇਹ ਜਦੋਂ ਤੁਸੀਂ ਸਿਨੇਮਾ ਘਰ ਦੇ ਵਿੱਚ ਜਾਂਦੇ ਹੋ ਅਤੇ ਉਦੋਂ ਭਾਅ ਜੀ ਪਤਾ ਲੱਗਦਾ ਵੀ ਮੈਂ ਆ ਤੁਹਾਡੀ ਆ ਹੁਣ ਵਾਲੀ ਫਿਲਮ ਜਿਹੜੀ ਹੈਗੀ ਆ ਉਹ ਦੇਖ ਕੇ ਆਇਆ, ਅਤੇ ਪੂਰੇ ਦਾ ਪੂਰਾ ਹਾਲ ਜਿਹੜਾ ਹੈਗਾ ਉਹ ਦੋਨੇ ਪੰਜਾਬਾਂ ਦੇ ਨਾਲ ਭਰਿਆ ਪਿਆ। ਜੀ ਜੀ ਬਿਲਕੁਲ, ਤੁਹਾਡੀਆਂ ਗੱਲਾਂ ਦੇ ਨਾਲ ਜਿਹੜੇ ਹੈਗੇ ਉਹ ਪੂਰਾ ਮਜ਼ਾ ਲੈ ਰਹੇ ਸੀ, ਲੁਤਫ ਲੈ ਰਹੇ ਸੀ ਉਹਨਾਂ ਚੀਜ਼ਾਂ ਦਾ। ਉਹ ਪਹਿਲੀ ਫਿਲਮ ਦੇ ਵਿੱਚ ਸਾਨੂੰ ਉਹ ਕਹਿੰਦੇ ਯਾਰ ਉੱਧਰਦਿਆਂ ਨੇ ਬੜਾ ਅੱਛਾ ਕੰਮ ਕੀਤਾ, ਇੱਧਰ ਵਾਲਿਆਂ ਨੇ ਬੜਾ ਅੱਛਾ ਕੰਮ ਕੀਤਾ, ਹੁਣ ਆ ਕੇ ਕਹਿਣ ਲੱਗ ਪਏ ਯਾਰ ਫਲਾਣੇ ਨੇ ਅੱਛਾ ਕੀਤਾ, ਫਲਾਣਾ ਉਹ ਇੱਧਰ ਉੱਧਰ ਵਾਲਾ ਕੰਮ ਜਿਹੜਾ ਉਹ ਖਤਮ ਹੋ ਗਿਆ। ਔਰ ਅਸੀਂ ਇਨਸ਼ਾਅੱਲਾ, ਸਾਡੀ ਉਮੀਦ ਹੈ ਅੱਲਾਹ ਦੇ ਘਰ ਦੇ ਵਿੱਚ, ਬਹੁਤ ਉਮੀਦ ਹੈ ਕਿ ਰੱਬ ਕਰੇਗਾ ਅਸੀਂ ਜਿਵੇਂ ਉੱਧਰ ਰਾਹਦਾਰੀ ਖੁੱਲ ਗਈ, ਹਾਂਜੀ ਉੱਧਰ ਜਾਣਾ ਸ਼ੁਰੂ ਹੋ ਗਏ, ਸਰਦਾਰ ਭਰਾ ਸਾਡੇ ਪੂਰੇ ਜੱਸਿਆਂ ਦੇ ਜੱਸੇ ਜਾ ਰਹੇ ਨੇ, ਆ ਰਹੇ ਨੇ, ਅਸੀਂ ਵੀ ਉੱਥੇ ਜਾ ਰਹੇ ਹਾਂ, ਉੱਥੇ ਮਿਲ ਪੈਂਦੇ, ਇਕੱਠੇ ਹੋ ਜਾਂਦੇ ਹਾਂ, ਠੀਕ ਹੈ ਨਾ ਜੀ। ਇਹ ਇੱਕ ਬਹਾਨਾ ਬਣਨਾ ਸੀ ਕਿ ਟਾਈਮ ਆਉਣਾ ਸੀ, ਕਿੰਨੀ ਕੁ ਦੇਰ ਇਹਨਾਂ ਲੋਕਾਂ ਨੇ ਸਾਨੂੰ ਦੂਰ ਕੀਤਾ, ਅਸੀਂ ਇਹਨਾਂ ਦੇ ਮੁਲਕ 'ਚ ਰਹਿ ਕੇ ਇੱਕ ਫਿਲਮ ਬਣਾ ਕੇ ਅਤੇ ਫਿਰ ਅਸੀਂ ਨੇੜੇ ਹੋ ਗਏ, ਇਹਦੇ ਵਿੱਚ ਸਾਨੂੰ ਬੜੀ ਹਾਂਜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਆਰਟਿਸਟਾਂ ਨੇ ਕੀਤੀਆਂ, ਕਲਾਕਾਰਾਂ ਨੇ ਕੀਤੀਆਂ, ਉਹ ਕੰਮ ਹੋ ਗਿਆ ਸਾਡੇ ਹੱਥੋਂ ਜੀ, ਇਹਦੇ ਬਿਲਕੁਲ। ਸੋ ਅਕਮਲ ਦੀ ਗੱਲ ਹੈ ਜੀ, ਅੱਜ ਜਿਹੜਾ ਅਸੀਂ ਸਾਡੇ ਸਕੋਟਲੈਂਡ ਦੇ ਵਿੱਚ ਤਕਰੀਬਨ 2 ਸਾਲ ਤੋਂ ਪੰਜ ਦਰਿਆ ਈ ਪੇਪਰ ਔਰ ਵੈਬਸਾਈਟ ਵੈਬ ਟੀ ਵੀ ਚੱਲ ਰਿਹਾ ਹੈਗਾ, ਉਹਦੇ ਜ਼ਰੀਏ ਆਪਾਂ 2 ਮਿੰਟ ਦੀ ਗੱਲ ਵਾਸਤੇ ਜਿਹੜੀ ਅਸੀਂ ਜੀ ਜੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੀ ਹੈਗੀ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੀ ਚਾਹਾਂਗੇ ਕਿ ਵੀ ਵਧੀਆ ਵਧੀਆ ਫਿਲਮਾਂ ਔਰ ਦੋਨੇ ਪੰਜਾਬਾਂ ਦੇ ਵਿੱਚ ਪਿਆਰ ਮੰਨਣ ਵਾਲੀਆਂ ਜਿਹੜੀਆਂ ਹੈਗੀਆਂ ਹੁੰਦੀਆਂ ਰਹਿਣਗੀਆਂ, ਜ਼ਰੂਰ ਹੁੰਦੀਆਂ ਰਹਿਣਗੀਆਂ, ਇਹਦੇ ਪਿੱਛੇ ਚੜ੍ਹ ਗਏ ਹਾਂ ਅਸੀਂ,
वो 1, 2, 3, 4 भी अपनी बन रही है, वो भी बन रही है, होर फिल्म बहुत इस मौजूद के उत्ते बन रही है। बहुत ज़्यादा कलाकार उधर के उधर के मिक्स हो गए, इकट्ठे हो गए, फिल्म बना रहे हैं। ये बड़ी खुशी की गल है कि एक पंजाब फिर एक हो गया जी, इंडिया पाकिस्तान चाहे दूर दूर ही पंजाब एक हो गया, सानू इस गल की बड़ी खुशी की। आखिरी सवाल भी हुण आपां 2 मिनट वास्ते गल करिए, तो वह बूटा गालां कढ़न वाली गल क्यों जिहड़ी है वह मशहूर हुई? उहदे विच गाल कढ़ी नहीं भाजी, वह लोगों ने बस वो जिहड़ा कम नहीं सी पसंद आता बूटे नूं, तो उहने कहा सी कि यार फिर कहिंदे बूटा गालां कढ़, तो उहदे विच आ के गल फड़ी गई, गल तुरपी तुरपी, जो तुरपी गल तो फिर हर बंदे दे ज़बान ते चली गई, बच्चों दे ज़बान ते चली गई, यानी गल इस गल की वेट कर रहे बूटा कदों गाला कढ़ूगा। चलो एनीवे, सो पंज दरिया जिहड़े जी पंजाब दे विच निकल के जांदे ने, ते पंजाब इकट्ठा बिल पानी जिहड़ा वड नहीं हो सकदा ओह इकट्ठे जाए, पानी जिन्ना मर्जी तुसीं कट लो, जिन्ना मर्जी कट लो, दो नहीं हो सकदा, इक ही रहेगा, ते इह इंशाअल्लाह पंजाब इक है, रब की कृपा ना एक ही रहेगा, दो नहीं। बिल्कुल जी बिल्कुल, सो अक्रम भाजी बहुत बहुत मेहरबान जी, शुक्रिया, वेलकम टू ग्लासगो ये, सो बहुत बहुत शुक्रिया, साढ़े ग्लासगो के पहुँचे हुए सो पंज दरिया की टीम वालों बहुत बहुत शुक्रिया उन्हों का, मेहरबानी।